ਆਪਣੇ ਹਰ ਹਰ ਬੇਨਤੀ ਕਹੀਏ। ਚਾਰ ਪਦਾਰਥ ਆਨੰਦ ਮੰਗਲ ਨਿਦ ਸੁਖ ਸਹਿਜ ਸਿਧ ਲਈਐ। ਰਹਾਉ ਮਾਨ ਤਿਆਗ ਹਰ ਚਰਨੀ ਲਾਗੂ, ਤਿਸ ਪ੍ਰਭ ਅੰਚਲ ਗਈਐ। ਆਂਚ ਨਾ ਲਾਗੈ ਅਗਨ ਸਾਗਰ ਤੇ, ਸਰਨ ਸਵਾਮੀ ਕੀ ਅਹੀਐ। ਕੋਟ ਪਰਾਧ ਮਹਾ ਅਕਿਰਤ ਘਣ, ਬਹੁਰ ਬਹੁਰ ਪ੍ਰਭ ਸਹੀ ਹੈ। ਕਰਨਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰਨਈ ਹੈ। ਡੰਡੌਤ ਬੰਦਨ ਅਨਕਵਾ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਬਡਭਾਗੇ ਹਾਂ ਜੋ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹਾਂ। ਆਪ ਜੀਵਨ ਨੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਬਾਣੀ ਪਾਠ ਸਰਵਣ ਕੀਤੇ ਨੇ। ਉਪਰੰਤ ਲੜੀਵਾਰ ਕਥਾ ਵਿਚਾਰ ਗੁਰ ਸ਼ਬਦ ਵਿਚਾਰ ਸਾਂਝ ਪਾਉਣ ਦੇ ਯਤਨਸ਼ੀਲ ਹੋਏ ਹਾਂ। ਜੋ ਸ਼ਬਦ ਆਪਾਂ ਹੁਣੇ ਹੁਣੇ ਪੜ੍ਹਿਆ, ਆਪ ਜੀ ਉਹਨੇ ਸਰਵਣ ਕੀਤਾ, ਇਹ ਸ਼ਬਦ 531 ਅੰਗ ਤੇ ਸਵਾਇਮਾਨ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ। ਸਰਬੱਤ ਮਾਈ ਭਾਈ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਨੇ ਗੁਰੂ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਬੈਠ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਪਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪਾਂ ਗੁਰੂ ਸਾਹਿਬ ਜੀ ਵੀ ਬਾਣੀ ਅੰਦਰ ਵਿਚਾਰ ਕਰਦੇ ਨੇ, ਵਡਭਾਗੀ ਤਿੰਨਾਂ ਗੁਰਸਿੱਖਾਂ ਜੋ ਸਤਿਗੁਰ ਸ਼ਰਨੀ ਆਏ ਪਿਆ ਵੱਡੇ ਭਾਗ ਨੇ। ਭਗਤ ਕਬੀਰ ਜੀ ਆਪਣੀ ਬਾਣੀ ਅੰਦਰ ਕਹਿੰਦੇ, ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਭਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਕਹਿੰਦੇ ਜਿਹੜਾ ਵਹਿਮਾਂ ਪਰਮਾਂ ਵਾਲਾ ਰਸਤਾ ਸੀ ਨਾ, ਪਖੰਡੀਆਂ ਨੇ ਦੱਸਿਆ, ਉਧਰ ਨੂੰ ਤੇ ਦੁਨੀਆਂ ਬਹੁਤ ਜਾ ਰਹੀ ਹੈ, ਬੜੀ ਦੁਨੀਆਂ, ਬਹੁਤ ਦੁਨੀਆਂ, ਕਿਉਂਕਿ ਕਹਿੰਦੇ ਉਹ ਰਸਤਾ ਹੀ ਬੜਾ ਸੌਖਾ, ਬਹੁਤ ਸੌਖਾ ਰਸਤਾ। ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਭਰੀ ਬਹੀਰ, ਪਾਛੇ ਦਾ ਭਾਵ ਅਰਥ ਕੀ ਹੁੰਦਾ, ਪਿੱਛੇ। ਕਹਿੰਦੇ ਪਿੱਛੇ ਬੜੀ ਦੁਨੀਆ ਹੈ, ਬਹੁਤ ਦੁਨੀਆ ਪਿੱਛੇ, ਪਰ ਜਿਹੜਾ ਰਸਤਾ ਕਹਿੰਦੇ ਰਾਮ ਦਾ ਏ, ਪਰਮੇਸ਼ਰ ਦਾ ਏ, ਵਾਹਿਗੁਰੂ ਦਾ ਏ, ਕਹਿੰਦੇ ਉੱਤੇ ਕੋਈ ਵਿਰਲਾ ਟਾਵਾਂ ਚੱਲਦਾ ਏ। ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਇੱਕ ਅਵਕਟ ਘਾਟੀ, ਬੜੀ ਲੰਮੀ ਘਾਟੀ, ਉੱਚੀ ਇੱਕ ਅਵਕਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ। ਇਹਦੇ ਉੱਤੇ ਹਾਰੀ ਸਾਰੀ ਬੰਦਾ ਨਹੀਂ ਚੜ ਪਾਉਂਦਾ। ਜਿਹੜੀ ਰਾਮ ਵਾਲੀ ਘਾਟੀ ਹੈ, ਪਰਮੇਸ਼ਰ ਵਾਲੀ ਘਾਟੀ ਹੈ, ਉਹ ਕਠਿਨ। ਆਪਾਂ ਕਈ ਵਾਰੀ ਬੇਨਤੀ ਕਰ ਰਹੇ ਹਾਂ ਵੀ ਉੱਥੇ ਸੂਰਮੇ ਚੜ੍ਹਦੇ ਨੇ, ਯੋਧੇ ਚੜ੍ਹਦੇ ਨੇ, ਜਿਨ੍ਹਾਂ ਦਾ ਰਾਮ ਦੇ ਨਾਲ ਰੰਗ ਲੱਗਾ ਹੁੰਦਾ ਹੈ, ਪਰਮੇਸ਼ਰ ਨਾਲ ਰੰਗ ਲੱਗ ਗਿਆ ਜਿਨ੍ਹਾਂ ਦਾ, ਉਹ ਉਸ ਘਾਟੀ ਤੇ ਚੜ੍ਹ ਪਾਉਂਦੇ ਨੇ। ਆਮ ਬੰਦਾ ਜਿਹੜਾ, ਆਮ ਮਨੁੱਖ ਜਿਹੜਾ, ਉਹਦੇ ਵੱਸ ਦੀ ਗੱਲ ਨਹੀਂ ਹੈ। ਸੱਪਾਂ ਦੇ ਕਦੇ ਭੌਣ ਨਹੀਂ ਹੋਇਆ ਕਰਦੇ, ਸ਼ੇਰਾਂ ਦੇ ਇੱਜੜ ਨਹੀਂ ਹੋਇਆ ਕਰਦੇ, ਤੇ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦਾ ਬਹੁਤਾ ਲੰਮਾ ਇਕੱਠ ਨਹੀਂ ਹੋਇਆ ਕਰਦਾ, ਲੰਮੀਆਂ ਕਤਾਰਾਂ ਨਹੀਂ ਹੋਇਆ ਕਰਦੀਆਂ। ਸੱਚ ਤੇ ਮਾਰਗ ਤੇ ਚੱਲਣ ਵਾਲਿਆਂ ਦੀਆਂ ਲੰਮੀਆਂ ਕਤਾਰਾਂ ਨਹੀਂ ਹੁੰਦੀਆਂ। ਝੂਠ ਦੇ
ਪੰਧੀ ਜ਼ਿਆਦੇ ਹੁੰਦੇ ਨੇ, ਸੱਚ ਦੇ ਪੰਧੀ ਘੱਟ ਹੁੰਦੇ ਨੇ। ਤੁਸੀਂ ਸਾਰੇ ਸੱਚ ਦੇ ਪੰਧੀ ਹੋ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਤੇ ਕਿਰਪਾ ਕੀਤੀ ਹੈ, ਜਿਹੜੇ ਅਸੀਂ ਰੋਜ਼ਾਨਾ ਬਹਾਦਰੀ ਸਮਾਂ ਕੱਢ ਕੇ ਪਾਤਸ਼ਾਹ ਦੇ ਚਰਨ ਪਰਸਦੇ ਹਾਂ, ਗੁਰੂ ਸਾਹਿਬ ਜੀ ਦੇ ਚਰਨ ਪਰਸਦੇ ਹਾਂ, ਇਹ ਤੋਂ ਵੱਡੇ ਭਾਗ ਹੋਰ ਕਿਸੇ ਦੇ ਨਹੀਂ ਹੋ ਸਕਦੇ। ਆਖੋ ਸਤਨਾਮ, ਵਡਭਾਗੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਆਪ ਜੀ ਉਹਨੇ ਸਰਵਣ ਕੀਤਾ, ਬੜਾ ਵਡਮੁੱਲਾ। ਪਾਤਸ਼ਾਹ ਦੀ ਬਾਣੀ ਤਾਂ ਹੈ ਹੀ ਵਡਮੁੱਲੀ ਹੈ, ਮੁੱਲ ਹੀ ਕੋਈ ਨਹੀਂ। ਨਾ ਆਪਾਂ ਮੁੱਲ ਦੇ ਸਕਦੇ ਹਾਂ, ਨਾ ਮੁੱਲ ਤਾਰ ਸਕਦੇ ਹਾਂ, ਵਡਮੁੱਲੀ ਹੈ। ਪਰ ਜਿਹੜਾ ਅੱਜ ਦਾ ਪਾਵਨ ਸ਼ਬਦ ਹੈ ਨਾ, ਧਿਆਨ ਦੇਣਾ ਜੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ। ਸਤਿਗੁਰੂ ਜੀ ਆਪਣੇ ਹਰ ਪਹਿ ਬੇਨਤੀ ਕਹੀ ਹੈ, ਆਪਣੇ ਹਰ ਪਹਿ ਬੇਨਤੀ ਕਹੀ ਹੈ, ਚਾਰ ਪਦਾਰਥ ਆਨੰਦ ਮੰਗਲ ਨਿਤ, ਸੁਖ ਸਹਿਜ ਸਿੱਧ ਲਈਐ। ਵੈਸੇ ਤੇ ਜਦੋਂ ਪਿਆਰ ਨਾਲ ਬਾਣੀ ਪੜ੍ਹੀ ਦੀ ਹੈ ਨਾ, ਆਪਾਂ ਕਈ ਵਾਰੀ ਬੇਨਤੀ ਕੀਤੀ ਹੈ, ਸਮਝ ਲੱਗ ਜਾਂਦੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਆਪਣੇ ਹਰ ਪਹਿ ਬੇਨਤੀ ਕਹੀਏ, ਆਪਣੇ ਹਰੀ ਕੋਲੇ ਬੇਨਤੀ ਕਰਨੀ, ਆਪਣੇ ਮਾਲਕ ਕੋਲੇ ਬੇਨਤੀ ਕਰਨੀ, ਆਪਣੇ ਪਰਮੇਸ਼ਰ ਕੋਲੇ ਬੇਨਤੀ ਕਰਨੀ। ਇਹੀ ਅਰਥ ਬਣਦੇ ਆ ਨਾ ਜੀ, ਆਪਣੇ ਹਰ ਪੈ ਬੇਨਤੀ ਕਹੀਏ। ਹੁਣ ਸਾਡਾ ਆਪਣਾ ਹਰੀ ਆਪਣਾ ਕੌਣ ਹੈ? ਜੇ ਆਪਾਂ ਕਿਸੇ ਨੂੰ ਵੀ ਪੁੱਛੀਏ ਵੀ ਭਾਈ ਤੇਰਾ ਗੁਰੂ ਕੌਣ ਹੈ, ਤੇਰਾ ਮਾਲਕ ਕੌਣ ਹੈ, ਤੇਰਾ ਪਰਮੇਸ਼ਰ ਕੌਣ ਹੈ, ਤੇ ਆਪਾਂ ਉਹਨੂੰ ਕਵਾਂਗੇ ਸਾਡਾ ਗੁਰੂ, ਸਾਡਾ ਮਾਲਕ, ਸਾਡਾ ਪਰਮੇਸ਼ਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਖੋ ਸਤਨਾਮ, ਇਹੀ ਹੈ ਨਾ। ਤੇ ਫਿਰ ਅਸੀਂ ਆਪਣੇ ਮਾਲਕ ਕੋਲੇ ਆਣ ਕੇ ਬੇਨਤੀ ਕਰੀਏ, ਆਪਣੇ ਪਰਮੇਸ਼ਰ ਕੋਲੇ ਆਣ ਕੇ ਬੇਨਤੀ ਕਰੀਏ, ਤੇ ਇੱਥੇ ਆਣ ਕੇ ਪਾਤਸ਼ਾਹ ਕਹਿੰਦੇ ਚਾਰ ਪਦਾਰਥ ਆਨੰਦ ਮੰਗਲ ਰਸ, ਚਾਰ ਪਦਾਰਥ ਆਨੰਦ ਮੰਗਲ ਨਿਧ, ਸੁਖ ਸਹਿਜ ਸਿੱਧ ਲਈਐ। ਇੱਥੇ ਸਾਰੀਆਂ ਰਿੱਧੀਆਂ ਸਿੱਧੀਆਂ ਚਾਰ ਪਦਾਰਥ ਜਿਨ੍ਹਾਂ ਦੇ ਵਿੱਚ ਸਾਰਾ ਕੁਝ ਆ ਜਾਂਦਾ ਗੁਰਮੁਖ ਪਿਆਰੇ, ਤੇ ਸਭ ਤੋਂ ਵੱਡੀ ਦਾਤ ਸਹਿਜ, ਸਹਿਜ ਅਵਸਥਾ, ਸਹਿਜ ਬੰਦੇ ਅੰਦਰ ਵੀ ਸਹਿਜ ਨਾ ਹੋਵੇ, ਸਹਿਜਤਾ ਨਾ ਹੋਵੇ, ਤੇ ਆਪਾਂ ਉਹਨੂੰ ਇੱਕ ਦੁਨਿਆਵੀ ਗੱਲ ਕਰਦੇ ਹਾਂ ਆਪਾਂ ਵੀ, ਆਪਾਂ ਵੀ ਉਹਨੂੰ ਪਸੰਦ ਨਹੀਂ ਕਰਦੇ। ਆਪਣੇ ਘਰ ਕੋਈ ਰਿਸ਼ਤੇਦਾਰ ਆ ਜੇ ਤੇ ਉਹਦੇ ਅੰਦਰ ਸਹਿਜਤਾ ਨਾ ਹੋਵੇ,
ਭੱਜਾ ਹੀ ਫਿਰੇ, ਕਦੀ ਇਹ ਕਮਰੇ ਚ ਵੜ ਜੇ, ਕਦੀ ਇਹ ਕਮਰੇ ਚ ਵੜ ਜੇ, ਕਦੀ ਇਹ ਕਮਰੇ ਚ ਵੜ ਜੇ, ਤੇ ਆਪਾਂ ਉਹਨੂੰ ਪਸੰਦ ਕਰਾਂਗੇ? ਨਹੀਂ ਕਰਦੇ ਹਨਾ, ਆਪਾਂ ਕਹਿੰਦੇ ਯਾਰ ਇਹਨੂੰ ਤੇ ਬਹਿਣਾ ਹੀ ਨਹੀਂ ਆਉਂਦਾ, ਟਿਕਦਾ ਹੀ ਨਹੀਂ। ਇਹ ਸਹਿਜ ਅਵਸਥਾ, ਟਿਕ ਜਾਣਾ, ਟਿਕਾਓ ਵਿੱਚ ਆ ਜਾਣਾ, ਮਨ ਟਿਕਾਓ ਵਿੱਚ ਆ ਜਾਣਾ। ਚਾਰ ਜਦੋਂ ਆਪਣੇ ਗੁਰੂ ਕੋਲੇ ਆਣ ਕੇ ਬੇਨਤੀ ਕਰੇਗਾ ਪਾਤਸ਼ਾਹ, ਕਹਿੰਦੇ ਚਾਰ ਪਦਾਰਥ ਇਹਦੀ ਵੀ ਪ੍ਰਾਪਤੀ ਹੋਵੇਗੀ, ਸਾਰੀਆਂ ਰਿੱਧੀਆਂ ਸਿੱਧੀਆਂ ਤੈਨੂੰ ਮਿਲ ਜਾਣਗੀਆਂ। ਆਖੋ ਸਤਨਾਮ, ਸਾਰੀਆਂ ਰਿੱਧੀਆਂ ਸਿੱਧੀਆਂ। ਆਪਣੇ ਨੂੰ ਛੱਡ ਕੇ, ਪਾਤਸ਼ਾਹ ਕਹਿੰਦੇ ਆਪਣੇ ਨੂੰ ਛੱਡ ਕੇ ਕਿਤੇ ਦਰਪਦਾਰ ਹੋਰ ਨਾ ਭਾਈ ਭਟਕਦਾ ਫਿਰੀ। ਇਹ ਨਾ ਹੋਵੇ ਕਿਤੇ ਆਪਣੇ ਨੂੰ ਛੱਡ ਕੇ ਤੂੰ ਕਿਤੇ ਹੋਰ ਭਟਕਦਾ ਫਿਰੇ। ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਆ ਨਾ, ਹਰ ਇੱਕੋ ਦਾਤਾ ਮੰਗੀ ਹੈ, ਹਰ ਇੱਕ ਧਿਆਈ ਹੈ। ਬਾਣੀ ਅੰਦਰ ਲਿਖਿਆ ਹੋਇਆ ਨਾ, ਤੁਸੀਂ ਸ਼ਬਦ ਸੁਣਿਆ ਹੋਵੇਗਾ ਬਹੁਤ ਵਾਰ, ਹਰ ਇੱਕੋ ਦਾਤਾ ਸੇਵੀਐ, ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚੰਦਿਆਂ ਪਾਈਐ, ਜੇ ਦੂਜੇ ਪਾਸੋਂ ਮੰਗੀਐ। ਆਪਣੇ ਨੂੰ ਛੱਡ ਕੇ, ਆਪਣੇ ਨੂੰ ਛੱਡ ਕੇ, ਆਪਣੇ ਪਿਓ ਨੂੰ ਛੱਡ ਕੇ ਗਵਾਂਢੀ ਵੱਲੇ ਮੰਗਣ ਚਲੇ ਜਾਈਏ, ਉਹਨੂੰ ਕਹੀਏ ਤੂੰ ਮੇਰਾ ਪਿਓ ਬਣ ਜਾ, ਤੂੰ ਮੈਨੂੰ ਦੇ, ਤੇ ਲੋਕ ਵੀ ਤਾਨੇ ਮਾਰਨਗੇ ਵੀ ਤੈਨੂੰ ਜੰਮਣ ਵਾਲਾ ਤੇ ਤੈਨੂੰ ਪੈਦਾ ਕਰਨ ਵਾਲਾ ਤੇ ਤੇਰਾ ਪਿਓ ਆ ਬੈਠਾ, ਤੇ ਮੰਗਣ ਤੋਂ ਗਵਾਂਢੀਆਂ ਕੋਲੇ ਤੁਰਿਆ ਫਿਰਦਾ ਹਨਾ। ਲੋਕ ਮਾਰ, ਵੈਸੇ ਬੰਦਾ ਸ਼ਰਮ ਦਾ ਮਾਰਾ ਨਹੀਂ ਜਾਂਦਾ ਗਵਾਂਢੀ ਵੱਲੇ ਮੰਗਣ ਵਾਸਤੇ ਜਾਂਦਾ। ਵੇਖੋ ਆਪਾਂ ਦੁਨਿਆਵੀ ਗੱਲ ਵੀ ਕਰ ਲਈਏ, ਆਪਾਂ ਤਾਂ ਕਹਿੰਦਾ ਮੈਂ ਆਪਣੇ ਪਿਓ ਕੋਲੋਂ ਮੰਗੂਗਾ ਜਿੱਥੇ ਮੇਰਾ ਅਧਿਕਾਰ ਬਣਦਾ, ਜਿੱਥੇ ਮੇਰਾ ਅਧਿਕਾਰ ਬਣਦਾ। ਗਰੱਸ ਕੇ ਵੀ ਆਪਾਂ ਪਿਓ ਨੂੰ ਕਹਿੰਦੇ ਬਾਪੂ ਦੇ ਮੈਂ ਤੇਰਾ ਪੁੱਤ ਹਾਂ, ਮੈਂ ਮੰਗਣ ਗਵਾਂਢੀਆਂ ਕੋਲੇ ਜਾਵਾਂ, ਇਹ ਵੀ ਗੱਲ ਕਹਿ ਦਿੰਦੇ ਨਾ ਆਪਾਂ। ਪਰ ਜਦੋਂ ਗੱਲ ਗੁਰੂ ਸ਼ਬਦ ਦੀ ਆਉਂਦੀ ਹੈ, ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਆਉਂਦੀ ਹੈ, ਤੇ ਮੇਰੇ ਮਾਲਕ ਜੀ ਕਹਿੰਦੇ ਨੇ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਲਾਜ ਦਾ ਭਾਵ ਅਰਥ ਹੁੰਦਾ ਸ਼ਰਮ, ਕਹਿੰਦੇ ਸ਼ਰਮ ਵਿੱਚ ਤੈਨੂੰ ਮਰ ਜਾਣਾ ਚਾਹੀਦਾ। ਆਖੋ ਸਤਨਾਮ। ਆਪਣੇ ਨੂੰ ਛੱਡ ਕੇ ਦੂਜੇ ਪਾਸੋਂ ਮੰਗਣ ਤੁਰਿਆ ਫਿਰਦਾ ਏ, ਪਾਤਸ਼ਾਹ ਕਹਿੰਦੇ ਸ਼ਰਮ ਨਹੀਂ ਆਉਂਦੀ। ਤਿੱਖੇ ਸ਼ਬਦ ਵਰਤੇ ਪਾਤਸ਼ਾਹ ਨੇ ਨਾ, ਤਿੱਖੇ। ਮੰਗਣੇ ਤੇ ਪਾਤਸ਼ਾਹ ਕਹਿੰਦੇ ਆਪਣੇ ਕੋਲੋਂ ਮੰਗ ਭਾਈ, ਜਿਨ ਸੇਵਿਆ ਤਿੰਨ ਫਲ ਪਾਇਆ।
ਤਿਸ ਜਨ ਕੀ ਸਭ ਭੂਖ ਗਵਾਈ ਜਿਹਨੇ ਪੈਦਾ ਕੀਤਾ ਉਹਦੇ ਕੋਲੋਂ ਮੰਗਣਾ ਕਰ। ਗੁਰਮੁਖ ਪਿਆਰਿਆ ਤੇਰੀਆਂ ਸਾਰੀਆਂ ਭੁੱਖਾਂ ਹੀ ਦੂਰ ਕਰ ਦੇਵੇਗਾ ਆਖੋ ਸਤਨਾਮ, ਸਾਰੀਆਂ ਭੁੱਖਾਂ। ਬੇਨਤੀ ਕਰ, ਅਰਦਾਸ ਕਰ, ਆਪਣੇ ਮਾਲਕ ਕੋਲੇ ਅਰਦਾਸ ਕਰ, ਆਪਣੇ ਵਾਹਿਗੁਰੂ ਕੋਲੇ ਅਰਦਾਸ ਕਰ। ਆਪਣੇ ਹਰ ਪੈ ਬੇਨਤੀ ਕਹੀ ਹੈ, ਆਪਣੇ ਮਾਲਕ ਕੋਲੇ ਆਣ ਕੇ ਬੇਨਤੀ ਕਰ, ਆਪਣੇ ਵਾਹਿਗੁਰੂ ਕੋਲੇ ਆਣ ਕੇ ਬੇਨਤੀ ਕਰ। ਰਹਾਓ ਮਾਨ ਤਿਆਗ, ਪਰ ਇੱਥੇ ਆਣ ਕੇ ਇੱਕ ਸ਼ਰਤ ਵੀ ਹੈ ਭਾਈ, ਜੇ ਦਾਤਾਂ ਚਾਹੀਦੀਆਂ ਨਾ, ਦਾਤਾਂ ਚਾਹੀਦੀਆਂ, ਬੇਨਤੀ ਕਰਨੀ ਆ, ਕੁਝ ਲੈਣਾ ਚਾਹੁੰਦਾ ਏ, ਕੁਝ ਪ੍ਰਾਪਤੀ ਕਰਨੀ ਚਾਹੁੰਦਾ, ਤੇ ਪਾਤਸ਼ਾਹ ਕਹਿੰਦੇ ਮਾਨ ਤਿਆਗ। ਸਮਝ ਲੱਗ ਗਈ ਹੋਣੀ, ਮਾਨ ਹੰਕਾਰ, ਹੰਕਾਰ ਨੂੰ ਤਿਆਗਣਾ। ਜੇ ਕੁਝ ਲੈਣਾ ਚਾਹੁੰਦਾ ਏ ਤੇ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਤੈਨੂੰ ਹੰਕਾਰ ਮਾਨ ਤਿਆਗਣਾ ਪੈਣਾ ਹੈ, ਮਾਨ ਤਿਆਗਣਾ ਪੈਣਾ ਹੈ। ਮਾਨ ਤਿਆਗ ਫਿਰ ਹਰ ਚਰਨੀ ਲਾਗੂ। ਆਹਾ, ਆਪਾਂ ਤਿਆਗ ਕੇ, ਮਾਨ ਨੂੰ ਤਿਆਗ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਣਾ ਆਖੋ ਸਤਨਾਮ, ਫਿਰ ਅਰਦਾਸਾਂ ਪ੍ਰਵਾਨ ਹੋਣੀਆਂ ਗੁਰਮੁਖ ਪਿਆਰਿਓ, ਫਿਰ ਅਰਦਾਸਾਂ ਮੰਨੀਆਂ ਜਾਣੀਆਂ। ਤਿਸ ਪ੍ਰਭ ਅੰਚਲ ਗਹੀ ਹੈ, ਆਂਚ ਨਾ ਲਾਗੈ। ਜਿਹਦੀਆਂ ਅਰਦਾਸਾਂ ਪ੍ਰਵਾਨ ਹੋ ਗਈਆਂ, ਜਿਹਦੀ ਸੁਣ ਲਈ ਮਾਲਕ ਨੇ, ਆਂਚ ਨਾ ਲਾਗੈ ਅਗਨ ਸਾਗਰ ਤੇ, ਫਿਰ ਬਲ ਦੀ ਅੱਗ ਵਿੱਚੋਂ ਵੀ ਬਚਾ ਲਵੇਗਾ। ਆਂਚ ਨਾ ਲਾਗੈ ਅਗਨ ਸਾਗਰ ਤੇ, ਅਗਨੀ ਦਾ ਸਾਗਰ, ਅੱਗ ਦਾ ਸਾਗਰ, ਉਹਦੇ ਵਿੱਚ ਵੀ ਆਂਚ ਨਹੀਂ ਲੱਗੇਗੀ। ਬਲਦੀ ਅੱਗ ਵਿੱਚੋਂ ਵੀ ਬਚਾ ਲਵੇਗਾ ਤੈਨੂੰ, ਬਲਦੀ ਅੱਗ ਵਿੱਚੋਂ ਵੀ ਰੱਖ ਲਵੇਗਾ ਤੈਨੂੰ। ਗੱਲ ਤੇ ਅਰਦਾਸ ਦੀ ਹੈ ਨਾ, ਗੱਲ ਤੇ ਅਰਦਾਸ ਕਰਨ ਦੀ ਹੈ ਨਾ, ਵੀ ਤੂੰ ਮਨ ਕਰਕੇ ਨਿਮਰਤਾ ਦੇ ਨਾਲ, ਕਿਹੜੇ ਮਨ ਦੇ ਨਾਲ ਅਰਦਾਸ ਕਰਦਾ। ਮਨ ਵੀ ਕਈ ਤਰ੍ਹਾਂ ਦੇ ਆ ਨਾ, ਕਿੱਦਾਂ ਦਾ ਮਨ ਲੈ ਕੇ ਬੈਠਾ ਹੋਇਆ ਤੂੰ, ਕਿੱਦਾਂ ਦਾ ਭਾਂਡਾ ਲੈ ਕੇ ਬੈਠਾ ਹੋਇਆ ਤੂੰ ਗੁਰੂ ਦੀ ਗੋਦ ਵਿੱਚ, ਆਪਾਂ ਇੱਦਾਂ ਵੀ ਕਹਿ ਸਕਦੇ ਨਾ। ਕਿੱਦਾਂ ਦਾ ਬਰਤਨ ਲੈ ਕੇ ਬੈਠਾ ਹੋਇਆ ਜਿਹਦੇ ਵਿੱਚ ਵਸਤੂ ਪਵਾਉਣੀ ਹੈ, ਜਿਹਦੇ ਵਿੱਚ ਵਸਤੂ ਪਵਾਉਣੀ ਹੈ। ਜੇ ਭਾਂਡਾ ਪਹਿਲਾਂ ਹੀ ਲਿਬੜਿਆ ਹੋਇਆ, ਪਹਿਲਾਂ ਹੀ ਭਾਂਡਾ ਪਲੀਤ ਹੋਇਆ ਫਿਰਦਾ, ਕੁਛ ਵਸਤੂ ਕਿਵੇਂ ਪੈ ਜਾਏਗੀ। ਭਾਂਡਾ ਅਤ ਮਲੀਨ, ਮਲੀਨ ਮਿੰਜ ਗੰਦਾ, ਪਹਿਲਾਂ ਹੀ ਭਾਂਡਾ। ਹੁਣ ਮੇਰੀਓ ਭੈਣੋ, ਤੁਸੀਂ ਮੇਰੀਆਂ ਭੈਣਾਂ, ਘਰ ਦੇ ਵਿੱਚ ਮੇਰੀਆਂ, ਆਪਾਂ ਕੋਈ ਵਸਤੂ ਪਾਉਣੀ ਹੋਵੇ ਨਾ, ਭੈਣਾਂ ਨੇ ਦੁੱਧ ਪਾਉਣਾ ਹੋਵੇ ਤੇ ਕੀ ਕਰਦੇ ਹੋ? ਪਹਿਲਾਂ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਦੇ ਆ ਨਾ, ਚੰਗੀ ਤਰ੍ਹਾਂ ਬਰਤਨ ਨੂੰ ਸਾਫ ਕਰਦੀਆਂ ਮੇਰੀਆਂ ਭੈਣਾਂ ਮਾਤਾਵਾਂ ਬੱਚੀਆਂ, ਫਿਰ ਆਪਾਂ ਉਹਦੇ ਵਿੱਚ ਵਸਤੂ ਪਾਉਂਦੇ ਆ।
ਕਿਉਂ ਆਪਾਂ ਕਹਿੰਦੇ ਇਹਦੇ ਵਿੱਚ ਵਸਤੂ ਖਰਾਬ ਹੋ ਜਾਵੇਗੀ, ਜੇ ਸਾਫ਼ ਨਾ ਕੀਤਾ ਤਾਂ ਵਸਤੂ ਖਰਾਬ ਹੋ ਜਾਣੀ ਹੈ। ਪਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਪੁਜਾਵੋ, ਫਿਰ ਉਹਦੇ ਵਿੱਚ ਦੁੱਧ ਪਾ ਲਓ, ਜਿਹੜੀ ਮਰਜ਼ੀ ਵਸਤੂ ਪਾ ਲਓ, ਫਿਰ ਹੀ ਸਹੀ ਰਹਿਣੀ ਹੈ ਨਾ। ਜੇ ਲਿਬੜੇ ਬਰਤਨ ਦੇ ਵਿੱਚ ਵਸਤੂ ਪਾਓਗੇ ਤਾਂ ਵਸਤੂ ਖਰਾਬ ਹੈ। ਇਸੇ ਤਰ੍ਹਾਂ ਇਹ ਮਨ ਹੈ, ਮਨ ਨੂੰ ਸਾਫ਼ ਕਰਨਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈ ਉਹ ਧੁੱਪੈ, ਬੋਲੋ ਜੀ ਉਹ ਧੁੱਪੈ ਨਾਵੇਂ ਕੇ ਰੰਗ। ਕਦ ਨਾ ਧੋਬਣਾ, ਨਾਮ ਦੇ ਨਾਲ, ਨਾਮ ਦੇ ਨਾਲ ਧੋਬਣਾ ਨਾ, ਉਹ ਧੁੱਪੈ ਨਾਵੇਂ ਕੇ ਰੰਗ। ਮਲ ਮਲ ਕੇ ਧੋਣਾ ਕਰ, ਨਾਮ ਦੇ ਨਾਲ ਧੋਣਾ ਕਰ ਭਾਈ, ਤਾਂ ਮਨ ਫਿਰ ਉਹਦੇ ਵਿੱਚ ਜਿਹੜੀ ਵਸਤੂ ਪਾਵੇਗਾ ਨਾਮ ਰੂਪੀ ਵਸਤੂ, ਫਿਰ ਟਿਕਣੀ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਫਿਰ ਤੈਨੂੰ ਮਾਲਕ ਆਂਚ ਨਾ ਲਾਗੈ ਅਗਣ ਸਾਗਰ ਤੇ ਸਰਨ ਸਵਾਮੀ ਕੀ ਅਹੀਐ। ਮਾਲਕ ਤੈਨੂੰ ਬਲ ਦੀ ਅੱਗ ਵਿੱਚੋਂ ਵੀ ਰੱਖ ਲਵੇਗਾ, ਪਰ ਮਨ ਸਾਫ ਕਰਕੇ ਅਰਦਾਸ ਕਰਨੀ ਪੈਣੀ। ਆਖੋ ਸਤਨਾਮ। ਕੋਟ ਅਪਰਾਧ ਕੋਟ ਅਪਰਾਧ ਮਹਾ ਅਕਿਰਤ ਘਣ, ਕਰੋੜਾਂ ਪਾਪ ਅਰਦਾਸ ਕਰੇਗਾ ਤੇ ਪਾਤਸ਼ਾਹ ਕਹਿੰਦੇ ਕਰੋੜਾਂ ਪਾਪ ਖਤਮ ਹੋ ਜਾਣਗੇ, ਕਰੋੜਾਂ ਪਾਪ। ਕੋਟ ਅਪਰਾਧ ਮਹਾ ਅਕਿਰਤ ਘਣ, ਬਹੁਰ ਬਹੁਰ ਪ੍ਰਭ ਸਹੀ ਹੈ ਕਰਨਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕਰ ਭਾਈ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਕਰ, ਉਸ ਮਾਲਕ ਦੀ ਸ਼ਰਨ ਵਿੱਚ ਆਉਣਾ ਕਰ, ਉਹਦੇ ਨਾਲ ਤੇਰੇ ਕਰੋੜਾਂ ਪਾਪ ਜਿਹੜੇ ਨੇ ਉਹ ਖਤਮ ਹੋ ਜਾਣਗੇ। ਆਖੋ ਸਤਨਾਮ। ਅਕਿਰਤ ਘਣ ਜਿਹੜਾ ਬੰਦਾ ਹੈ ਨਾ, ਅਕਿਰਤ ਘਣ ਗੁਰਮੁਖ ਪਿਆਰਿਓ, ਉਹ ਬੜਾ ਵੱਡਾ ਪਾਪੀ ਕਹਿ ਲਈਏ, ਪਾਪੀ ਅਪਰਾਧੀ ਵੀ ਤੇ ਪਾਪੀ ਵੀ, ਜਿਹੜਾ ਅਕਿਰਤ ਘਣ ਹੈ। ਅਕਿਰਤ ਘਣ ਉਸਨੂੰ ਕਹਿੰਦੇ ਨੇ ਜਿਹੜਾ ਕਿਸੇ ਦੇ ਕੀਤੇ ਹੋਏ ਨੂੰ ਜਾਣੇ ਨਾ, ਕੋਈ ਸਾਡੇ ਤੇ ਗੁਣ ਕਰ ਦੇਵੇ ਤੇ ਅਸੀਂ ਉਹਦੇ ਗੁਣ ਨੂੰ ਯਾਦ ਨਾ ਰੱਖੀਏ, ਉਹਦੇ ਕੀਤੇ ਨੂੰ ਜਾਣੀਏ ਨਾ, ਉਹਨੂੰ ਕਹਿੰਦੇ ਨੇ ਅਕਿਰਤ ਘਣ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਨਰਕਾਂ ਦੇ ਵਿੱਚੋਂ ਕੱਢਿਆ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਗਲਾਂ ਦੇ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾਂ ਲਾਈਆਂ ਪਾਤਸ਼ਾਹ ਨੇ, ਆਪਾਂ ਵਾਰ ਕੇ ਸਰਬੰਸ ਵਾਰ ਕੇ। ਅੱਜ ਅਸੀਂ ਉਸ ਪਾਤਸ਼ਾਹ ਦੇ ਕੀਤੇ ਨੂੰ ਜਾਣੀਏ ਨਾ ਤੇ ਅਸੀਂ ਅਕਿਰਤ ਕਣ ਹਾਂ। ਆਪਾਂ ਬੇਨਤੀ ਕੀਤੀ ਸੀ ਨਾ, ਮਾਤਾ ਜੀ ਨੇ ਪੁੱਛਿਆ ਜਦੋਂ, ਕਹਿੰਦੀ ਬੱਚੇ ਨਿਧੀ ਦੇ ਪਾਤਸ਼ਾਹ ਜੀ, ਕਿਹੜੇ ਬੱਚੇ? ਸਾਹਿਬਜ਼ਾਦੇ ਨਿਧੀ ਦੇ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਫਤਿਹ ਸਿੰਘ ਨਿਧੀ ਦੇ।
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਵੱਲ ਉਂਗਲ ਕਰਕੇ ਸਾਡੇ ਵੱਲ ਇਸ਼ਾਰਾ ਕਰਕੇ ਪਾਤਸ਼ਾਹ ਨੇ ਮਾਤਾ ਨੂੰ ਕਿਹਾ ਸੀ ਚਾਰ ਮੂਹੇ ਤਾਂ ਕਿਆ ਹੋਊਗਾ ਜੀਵਤ ਕਈ ਹਜ਼ਾਰ। ਕਹਿੰਦੇ ਆ ਸਾਰੇ ਆਪਣੇ ਹੀ ਨੇ, ਇਹ ਸਾਰੇ ਤੇਰੇ ਹੀ ਨੇ ਬੱਚੇ, ਇਹ ਸਾਰੇ ਤੇਰੇ ਹੀ ਪੁੱਤਰ ਧੀਆਂ ਨੇ। ਤੇ ਜੇ ਅੱਜ ਉਹ ਸਾਡੇ ਵੱਲ ਦੇਖਦੇ ਹੋਣ, ਸਾਡੇ ਵੱਲ ਦੇਖਦੇ ਹੋਣ ਜੇ ਅੱਜ ਉਹ, ਤੇ ਗੁਰਮੁਖ ਪਿਆਰੋ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਕਿ ਅੱਜ ਅਸੀਂ ਉਹਦੀ ਰਹਿਤ ਵਿੱਚ ਹਾਂ, ਕਿ ਅੱਜ ਅਸੀਂ ਸਾਬਤ ਸੂਰਤ ਹਾਂ, ਕਿ ਅੱਜ ਸਾਨੂੰ ਗੁਰੂ ਸਾਹਿਬ ਜੀ ਦੇਖਦੇ ਹੋਣ, ਕਿ ਸਾਡੇ ਵੱਲ ਦੇਖ ਕੇ ਖੁਸ਼ ਹੁੰਦੇ ਹੋਣਗੇ, ਕਿ ਸਾਡੇ ਵੱਲ ਦੇਖ ਕੇ ਪ੍ਰਸੰਨ ਹੁੰਦੇ ਹੋਣਗੇ। ਦਇਆ ਸਿੰਘ ਜੀ ਨੇ ਪੁੱਛਿਆ ਸੀ ਨਾ ਪਾਤਸ਼ਾਹ ਜੀ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤਾਂ ਕਿੱਥੋਂ ਕਰਾਂਗੇ, ਸੁਣਿਓ ਪਾਤਸ਼ਾਹ ਜੀ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਕਿੱਥੋਂ ਕਰਾਂਗੇ। ਤੇ ਪਾਤਸ਼ਾਹ ਕਹਿੰਦੇ ਸੰਗਤ ਵਿੱਚੋਂ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਸੰਗਤ ਵਿੱਚੋਂ ਜਿਹੜੀ ਸੰਗਤ ਬੈਠੀ ਹੋਵੇਗੀ ਨਾ ਜਿਵੇਂ ਆਪਾਂ ਬੈਠੇ ਹਾਂ, ਤੇ ਸੰਗਤ ਵਿੱਚੋਂ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋਣਗੇ। ਭਾਈ ਦਇਆ ਸਿੰਘ ਜੀ ਬੜੀ ਦੂਰ ਸੋਚ ਦੇ ਮਾਲਕ ਸੀ, ਉਹ ਕਹਿੰਦੇ ਹੋ ਸਕਦਾ ਆਉਣ ਵਾਲਾ ਸਮਾਂ ਇੱਦਾਂ ਦਾ ਹੋਵੇ ਵੀ ਸੰਗਤ ਇੰਨੀ ਜੁੜੇ ਹੀ ਨਾ, ਜਿਵੇਂ ਆਪਾਂ ਹੁਣ ਕਿੰਨੀ ਕੁ ਸੰਗਤ ਜੁੜਦੀ ਆ ਵੇਖਦੀ ਹਾਂ ਨਾ ਆਪਾਂ, ਤੁਸੀਂ ਭਾਗਾਂ ਵਾਲੇ ਹੋ ਜਿਹੜੇ ਆਉਂਦੇ ਆ, ਨਹੀਂ ਤੇ ਜਿੱਦਾਂ ਆਪਾਂ ਰੋਜ਼ ਟਾਈਮ ਸਮਾਂ ਰੱਖਿਆ ਹਾਲ ਤੇ ਭਰਿਆ ਹੋਣਾ ਚਾਹੀਦਾ ਸੀ, ਕਿੱਡਾ ਵੱਡਾ ਪਿੰਡ ਹੈ, ਜ਼ਰੂਰੀ ਥੋੜ੍ਹੀ ਵੀ ਆਪਣੇ ਗੱਗੜ ਕੇ ਪੱਤੀ ਵਾਲਿਆਂ ਨੇ ਆਉਣਾ। ਰਸਤੇ ਕੋਈ ਵੀ ਚੂਸ ਸਕਦਾ ਨਾ, ਆਨੰਦ ਤੇ ਕੋਈ ਵੀ ਲੈ ਸਕਦਾ, ਗੁਰਬਾਣੀ ਗੁਰੂ ਤੇ ਉਹੀ ਹੈ ਸਾਰਿਆਂ ਦਾ, ਮਾਲਕ ਤੇ ਉਹੀ ਹੈ। ਦੂਰ ਸੋਚ ਦੇ ਮਾਲਕ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਸੰਗਤ ਵੀ ਇਕੱਠੀ ਨਾ ਹੋਵੇ। ਤੇ ਪਾਤਸ਼ਾਹ ਕਹਿੰਦੇ ਪੰਜ ਸਿੰਘ ਸਾਬਤ ਸੂਰਤ, ਉਹਨਾਂ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ। ਪੰਜ ਸਿੰਘ ਸਾਬਤ ਸੂਰਤ, ਉਹਨਾਂ ਵਿੱਚੋਂ ਮੇਰੇ ਦਰਸ਼ਨ ਕਰ ਲਿਓ। ਹੁਣ ਉਹ ਵੀ ਸੋਚ ਸੀ ਆਉਣ ਵਾਲਾ ਸਮਾਂ ਇੱਦਾਂ ਦਾ ਹੋ ਸਕਦਾ ਵੀ ਪੰਜ ਸਿੰਘ ਹੀ ਨਾ ਮਿਲਣ। ਅੱਜ ਆਪਾਂ ਦੇਖਦੇ ਹਾਂ ਨਾ ਕਿਤੇ ਪ੍ਰਸ਼ਾਦਾ ਛਕਾਉਣ ਵਾਸਤੇ ਵੀ ਪੰਜ ਸਿੰਘ ਇਕੱਠੇ ਕਰਨੇ ਹੋਣ ਤੇ ਫਲਾਨੇ ਪਿੰਡ ਤੋਂ ਤੇ ਢਿਮਕੜੇ ਪਿੰਡ ਤੋਂ ਤੇ ਉਦੋਂ ਤੇ ਪੰਜ ਪਿਆਰੇ ਆ ਨਗਰ ਕੀਰਤਨਾਂ ਦੇ ਵਿੱਚ ਪੰਜ ਪਿਆਰੇ, ਤੇ ਕੋਈ ਕਿਸੇ ਪਿੰਡ ਦਾ, ਇੱਕ ਤੇ ਦੂਜਾ ਤੀਜੇ ਪਿੰਡ ਦਾ, ਤੀਜਾ ਤੀਜੇ ਪਿੰਡ ਦਾ, ਇੱਦਾਂ ਹੀ ਹੁੰਦੀ ਆ ਨਾ, ਇੱਕ ਪਿੰਡ ਦੇ ਲੱਭਦੇ ਨਹੀਂ, ਪਿੰਡਾਂ ਵਿੱਚ ਕਿਤੇ ਜਾ ਕੇ ਵੇਖਿਓ ਪੰਜ ਪਿਆਰੇ ਨਹੀਂ ਲੱਭਣਗੇ ਤੁਹਾਨੂੰ, ਪੰਜ ਪਿਆਰੇ ਨਹੀਂ ਲੱਭਣਗੇ ਤੁਹਾਨੂੰ, ਪੰਜ ਤਿਆਰ ਬਰ ਤਿਆਰ ਸਿੰਘ ਨਹੀਂ ਮਿਲਣਗੇ ਤੁਹਾਨੂੰ। ਕਿੱਡੀ ਵੱਡੀ ਤਰੱਕੀ ਕਰ ਲਈ ਅਸੀਂ, ਵੇਖੋ ਕਿੱਡੀ ਵੱਡੀ ਅਸੀਂ ਤਰੱਕੀ, ਕਿੱਡੀ ਲੰਗਰ ਅਸੀਂ ਵੱਡੇ ਵੱਡੇ ਲਾ ਤੇ, ਪੀਜਿਆਂ ਦੇ ਲੰਗਰ ਆ, ਪਿੱਛੇ ਗੋਂਦਵਾਲ ਸਾਹਿਬ ਦਿਨ ਮਨਾਇਆ, ਵੱਡੇ ਵੱਡੇ ਉੱਥੇ ਲੰਗਰ ਪੀਜਿਆਂ ਦੇ, ਬਰਗਰਾਂ ਦੇ, ਨਿਊਡਲਾਂ ਦੇ, ਆਈਸਕ੍ਰੀਮਾਂ ਦੇ, ਸਮਝ ਨਹੀਂ ਲੱਗਦੀ ਸੀ ਕਿਹੜਾ ਬੰਦਾ ਖਾਵੇ ਤੇ ਕਿਹੜਾ ਛੱਡੇ। ਤੇ ਇੰਨਾ ਨਹੀਂ ਭਾਈ, ਸਾਡੀ ਸਿੱਖੀ ਵਾਲੇ ਪਾਸੇ ਕਿਤੇ ਦੇਖੋ, ਕੋਈ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕੋਈ ਸਕੂਲ ਨਹੀਂ,
ਸਾਡੇ ਸਿੱਖ ਧਰਮ ਦੇ ਵਿੱਚ ਜਿੱਥੇ ਬੱਚੇ ਗੁਰਸਿੱਖ ਬੱਚੇ ਪੜ੍ਹ ਸਕਦੇ ਹੋਣ, ਕੋਈ ਹਸਪੀਟਲ ਹਸਪਤਾਲ ਨਹੀਂ ਜਿੱਥੇ ਕੋਈ ਗਰੀਬ ਗੁਰਸਿੱਖ ਜਾ ਕੇ ਆਪਣਾ ਇਲਾਜ ਕਰਵਾ ਸਕੇ, ਕੋਈ ਹੈ? ਦਯਾਨੰਦ, ਦਯਾਨੰਦ ਜਿਹਦਾ DMC ਹਸਪਤਾਲ ਨਾ ਲੁਧਿਆਣੇ ਦੇ ਵਿੱਚ, ਕਿੱਡਾ ਵੱਡਾ ਹਸਪਤਾਲ DMC, ਇਹ ਦਯਾਨੰਦ ਗਿਆਨੀ ਦਿੱਤ ਸਿੰਘ ਅੰਮ੍ਰਿਤਸਰ ਦੀ ਪਾਵਨ ਧਰਤੀ ਦਰਬਾਰ ਸਾਹਿਬ ਹੈੱਡ ਗ੍ਰੰਥੀ ਗਿਆਨੀ ਦਿੱਤ ਸਿੰਘ, ਆਪਸੀ ਇਹਨਾਂ ਦੀ ਵਿਚਾਰ ਹੋਈ ਤੇ 3 ਵਾਰ ਗਿਆਨੀ ਦਿੱਤ ਸਿੰਘ ਕੋਲੋਂ ਹਾਰ ਕਬੂਲ ਕੀਤੀ ਸੀ ਦਯਾਨੰਦ ਜੀ ਨੇ, ਇੰਨੇ ਗਿਆਨਵਾਨ ਸਨ ਗਿਆਨੀ ਦਿੱਤ ਸਿੰਘ। ਤੇ ਦਯਾਨੰਦ ਦੇ ਅੱਜ ਕਾਲਜ, ਦਯਾਨੰਦ ਦੇ ਕਾਲਜ ਉਹਨਾਂ ਦੇ ਨਾਮ ਤੇ, ਦਯਾਨੰਦ ਦੇ ਨਾਮ ਤੇ ਹਸਪੀਟਲ ਵੱਡੇ ਵੱਡੇ ਬਣ ਚੁੱਕੇ ਨੇ, ਈਸਾਈ ਧਰਮ ਦੇ ਕਾਲਜ ਹਸਪਤਾਲ ਵੱਡੇ ਵੱਡੇ, ਪਰ ਸਿੱਖ ਧਰਮ ਅੱਜ ਨਾ ਕਾਲਜ ਨਾ ਕੋਈ ਹਸਪਤਾਲ। ਇੰਨੀ ਕਿੰਨੀ ਤਰੱਕੀ ਕਰ ਲਈ ਅਸੀਂ ਦੇਖ ਲਓ, ਟਾਰਾਂ ਸਾਡੇ ਕੋਲੇ ਵੱਡੀਆਂ ਵੱਡੀਆਂ ਫੁਕਰੀਆਂ ਸੀ, ਵੱਡੀਆਂ ਵੱਡੀਆਂ ਸਾਡੇ ਧਰਮ। ਮਹਾਰਾਜ ਕਿਰਪਾ ਕਰੇ, ਮਾਫ ਕਰਨਾ ਜੇ ਮੇਰੇ ਕੋਲ ਗੱਲ ਕਹਿ ਹੋ ਜਾਂਦੀ ਹੈ, ਪਰ ਅਸੀਂ ਸਾਨੂੰ ਸੋਚਣਾ ਜ਼ਰੂਰ ਚਾਹੀਦਾ, ਪਾਤਸ਼ਾਹ ਕਿਰਪਾ ਕਰਨ ਸਾਡੇ ਤੇ। ਪਾਤਸ਼ਾਹ ਜੀ ਖੀਰਲੀਆਂ ਪੰਕਤੀਆਂ ਅੰਦਰ ਫਰਮਾਨ ਕਰਦੇ ਨੇ, ਮੇਰੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਕਰਨਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਈਐ, ਉਸ ਮਾਲਕ ਦੀ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਈਏ ਤੇ ਅਰਦਾਸ ਕਰੀਏ, ਅਰਦਾਸ ਸਾਡੀ ਮਾਲਕ ਪ੍ਰਵਾਨ ਕਰ ਲਵੇਗਾ। ਆਖੋ ਸਤਨਾਮ, ਗੁਰੂ ਸਾਡੀ ਅਰਦਾਸ ਪ੍ਰਵਾਨ ਕਰ ਲਵੇਗਾ। ਆਪਾਂ ਆਪਣੀਆਂ ਰਸਨਾਂ ਨੂੰ ਪਵਿੱਤਰ ਕਰੀਏ, ਵੱਡੇ ਭਾਗ ਨੇ ਹਾਜ਼ਰੀ ਲਵਾਓ, ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰੇ। ਜਦੋਂ ਸਾਨੂੰ ਸ਼ਬਦ ਪੜ੍ਹਦੇ ਹਾਂ ਤੇ ਕੁਝ ਨਜ਼ਾਰਾ, ਕੁਝ ਆਨੰਦ, ਇੱਕ ਵੱਖਰਾ ਜਿਹਾ ਆਨੰਦ ਹੁੰਦਾ। ਸਤਿਗੁਰੂ ਕਿਰਪਾ ਕਰਨ, ਆਓ ਸਾਰੇ ਜਣੇ ਜਪੀਏ ਜੀ, ਆਪਣੇ ਹਰ ਪੈ ਬੇਨਤੀ ਕਹੀਏ, 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 ਚਾਰ ਪਦਾਰਥ ਆਨੰਦ ਮੰਗਲ ਨਿਧ, ਚਾਰ ਪਦਾਰਥ ਆਨੰਦ ਮੰਗਲ ਨਿਧ। ਵਾਹ ਪੀ ਵਾਹ, ਚਾਰ ਪਦਾਰਥ ਆਨੰਦ ਮੰਗਲ ਨਿਧ, ਚਾਰ ਪਦਾਰਥ ਆਨੰਦ ਮੰਗਲ ਨਿਧ, ਸੂਖ ਸਹਿਜ ਸਿੱਧ ਲਈਏ, ਆਪਣੇ ਹਰ ਪੈ ਬੇਨਤੀ ਕਹੀਏ, ਆਪਣੇ ਹਰ ਪੈ ਬੇਨਤੀ ਕਹੀਏ। ਵਾਹ, ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਮਾਨ ਤਿਆਗ ਹਰ ਚਰਨੀ ਲਾਗੂ 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 ਤਿਸ ਪ੍ਰਭ ਅੰਚਲ ਗਈਏ ਆਪਣੇ ਹਰ ਪੈ ਬੇਨਤੀ ਕਹੀਏ 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 ਵਾਹਿਗੁਰੂ 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 ਆਂਚ ਨਾ ਲਾਗੇ ਅਗਣ ਸਾਗਰ ਤੇ ਆਂਚ ਨਾ ਲਾਗੇ ਅਗਣ ਸਾਗਰ ਤੇ ਵਾਹ ਬੀ ਵਾਹ ਆਂਚ ਨਾ ਲਾਗੇ ਅਗਣ ਸਾਗਰ ਤੇ ਆਂਚ ਨਾ ਲਾਗੇ ਅਗਣ ਸਾਗਰ ਤੇ ਸ਼ਰਨ ਸਵਾਮੀ ਕੀ ਆਈਏ ਆਪਣੇ ਹਰ ਪੈ ਬੇਨਤੀ ਕਹੀਏ ਆਪਣੇ ਹਰ ਪੈ ਬੇਨਤੀ ਕਹੀਏ ਵਾਹਿਗੁਰੂ 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 ਕਰਨਾ ਮੈਂ ਪੂਰਨ ਪਰਮੇਸ਼ਰ ਕਰਨਾ ਮੈਂ ਪੂਰਨ ਪਰਮੇਸ਼ਰ ਕਰਨਾ ਮੈਂ ਪੂਰਨ ਪਰਮੇਸ਼ਰ ਕਰਨਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰ ਨਹੀਂ ਹੈ ਆਪਣੇ ਹਰ ਪੈ ਬੇਨਤੀ ਕਹੀਏ ਆਪਣੇ ਹਰ ਪੈ ਬੇਨਤੀ ਕਹੀਏ ਵਾਹ ਬੀ ਵਾਹ ਆਪਣੇ ਹਰ ਪੈ ਬੇਨਤੀ ਕਹੀਏ ਆਪਣੇ ਹਰ ਪੈ ਬੇਨਤੀ ਕਹੀਏ
ਵਾਹਿਗੁਰੂ 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 ਆਪਣੇ ਹਰ ਪੈ ਬੇਨਤੀ ਕਹੀਏ ਆਪਣੇ ਹਰ ਪੈ ਬੇਨਤੀ ਕਹੀਏ ਵੱਡੇ ਭਾਗ ਨੇ ਆਪਣੇ ਹਰੀ ਪਰਮੇਸ਼ਰ ਕੋਲ ਆਣ ਕੇ ਬੇਨਤੀ ਕਰੋ ਦੁਨਿਆਵੀ ਚੀਜ਼ਾਂ ਤੇ ਇੱਕ ਨੌਰਮਲੀ ਇਹ ਪਾਤਸ਼ਾਹ ਕਿਰਪਾ ਕਰਦੇ ਨੇ ਸਤਿਗੁਰੂ ਤੇ ਸਾਨੂੰ ਲੋਕ ਤੇ ਪਰਲੋਕ ਦਾ ਵੀ ਸੁੱਖ ਬਖਸ਼ ਦਿੰਦੇ ਨੇ ਪਰ ਅਰਦਾਸ ਮੰਨ ਕਰਕੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਕਰੀਏ ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਸਾਨੂੰ ਗੁਰੂ ਦੀ ਸੰਗਤ ਕਰਨ ਦਾ ਸਭ ਤੋਂ ਵੱਡੀ ਜਿਹੜੀ ਅਣਮੁੱਲੀ ਦਾਤ ਹੈ ਗੁਰੂ ਦੀ ਸੰਗਤ ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ ਗੁਰਮੁਖ ਪਿਆਰਿਓ ਸਭ ਤੋਂ ਵੱਡੀ ਦਾਤ ਗੁਰੂ ਦੀ ਸੰਗਤ ਹੈ ਜਿਹਨੂੰ ਇਹ ਮਿਲ ਗਈ ਪਿੱਛੇ ਰਿਹਾ ਹੀ ਕੁਛ ਨਹੀਂ ਤੁਸੀਂ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਆਪ ਜਪੋ ਅਵਰਾ ਨਾਮ ਜਪਾਵੋ ਜੋ ਸੰਗਤ ਵਿੱਚ ਆ ਗਏ ਪਾਤਸ਼ਾਹ ਨਾਲ ਸੁਰਤ ਜੁੜ ਗਈ ਇਹ ਜਿਹੜਾ ਸਾਨੂੰ ਆਨੰਦ ਮਿਲ ਗਿਆ ਇਹ ਆਨੰਦ ਕਿਸੇ ਨੇ ਸਾਡੇ ਕੋਲੋਂ ਖੋ ਨਹੀਂ ਲੈਣਾ ਫਿਰ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਦੇ ਚਰਨਾਂ ਅੰਦਰ ਚੁਕਾਓ ਸੀਸ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।